ਮੈਨੂੰ ਯਾਦ ਹੈ ਵਾਰੀ ਸੁਰਜੀਤ ਸਿੰਘ ਠੇਕੇਦਾਰ ਲੁਧਿਆਣੇ ਦੇ ਸੀ, ਜ਼ਿਲ੍ਹਾ ਅਕਾਲੀ ਦਲ ਤਹਿਸੀਲਦਾਰ, ਅੰਦਰੋਂ ਪੁਲਿਸ ਦੇ ਡਾਊਟ, ਅਤੇ ਉਹ ਨਾ ਦਿੱਲੀ ਗਵਰਨਮੈਂਟ ਕਮੇਟੀ 'ਚ ਇਲੈਕਸ਼ਨ ਦੀ ਕਮੇਨ ਚਲਾ ਰਹੇ ਸੀ, ਅਤੇ ਉਹਨੂੰ ਪਤਾ ਲੱਗਾ ਜਵਾਨ ਮੁੰਡੇ ਦੀ ਐਕਸੀਡੈਂਟ ਡੈਥ ਹੋ ਗਈ, ਵਾਪਸ ਆ ਗਏ ਲੁਧਿਆਣੇ, ਅਤੇ ਜਿੱਥੋਂ ਸੰਸਕਾਰ ਹੈ ਉਦੋਂ ਮੈਂ ਵੀ ਸ਼ਾਮਿਲ ਸੀਗਾ, ਅਤੇ ਉਦੋਂ ਸੰਤ ਪਿੰਡਾਂ ਵਾਲੇ ਵੀ ਆਏ ਸੀ ਉੱਥੇ, ਅਤੇ ਉੱਥੇ ਰਾਣੀਆਂ ਦਾ ਪਾਠ ਹੋਇਆ ਸਬਜ਼ੀ ਮੰਡੀ ਗੁਰਦੁਆਰੇ, ਅਤੇ ਉੱਥੇ ਗਿਆਨੀ ਜਗਤਾਰ ਸਿੰਘ ਜਾਚਕ ਹੈ ਸਨ ਐਡ ਗ੍ਰੰਥੀ। ਹੁਣ ਤੁਹਾਨੂੰ ਪਤਾ ਸਾਰੇ ਮਰਿਆਦਾ ਇਹੀ ਹੈ ਵੀ ਜਦੋਂ ਸਮਾਪਤੀ ਹੁੰਦੀ 6 ਪੌੜੇ ਨਨਸਾ ਪੜਿਆ ਜਾਂਦਾ, 40 ਪੌੜੇ ਆਪਾਂ ਉਹ ਪੜਦੇ ਹਾਂ ਨਿਤਨੇਮ 'ਚ, ਉਹਨੇ 6 ਪੌੜੀਆਂ ਪੜੀਆਂ ਅਤੇ ਪਿੰਡਾਂ ਵਾਲੇ ਦੇ ਬੰਦੂਕਾਂ ਧਾਰੀ ਖੜੇ ਹੋ ਗਏ ਸੰਗਤ, ਮੈਂ ਕੋਲ ਬੈਠਾ ਤਾਂ, ਕਹਿੰਦੇ ਆਪਣਾ ਸਿੰਘ ਸਾਹਿਬ 40 ਪੌੜੀਆਂ ਪੜੀਆਂ ਜਾਣ, ਸੰਤਾਂ ਦਾ ਹੁਕਮ ਹੈ। ਤਾਂ ਜਾਚਕ ਸਾਹਿਬ ਜਿਹੜੇ ਬੋਰਡ ਸਾਨੂੰ ਕਹਿਤਾ ਜੀ, ਇਹ ਨਾ ਸਿੰਘ ਸਭਾ ਗੁਰਦੁਆਰਾ ਹੈ, ਤੁਹਾਡਾ ਕੋਈ ਡੇਰਾ ਨਹੀਂ ਹੈ, ਇੱਥੇ ਮਰਿਆਦਾ ਸਿੰਘ ਸਭਾ ਦੀ ਔਰ ਕਾਦਰ ਸਾਹਿਬ ਚੱਲਣੀ, ਇੱਥੇ ਪੜੀਆਂ 6 ਹੀ ਬਣੀਆਂ। ਉਸ ਵੇਲੇ ਤਾਂ ਉਹ ਬੰਦੇ ਚੁੱਪ ਕਰ ਗਏ ਪਿੰਡਾਂ ਵਾਲੇ ਬੰਦੂਕਧਾਰੀ, ਅਤੇ ਬਾਅਦ ਵਿੱਚ ਉਹਨਾਂ ਜਾਚਕ ਸਾਹਿਬ ਮੇਰੇ ਸਾਹਮਣੇ ਪੌੜੀਆਂ ਚੜ੍ਹ ਕੇ ਆਪਣੇ ਕਮਰੇ ਜਾ ਰਹੇ ਸਨ, ਅਤੇ ਪਿੱਛੇ ਪਿੱਛੇ ਜਾ ਰਹੇ ਸਨ ਉਹਨਾਂ ਦੇ ਪਿੰਡਾਂ ਵਾਲੇ ਦੇ ਬੰਦੂਕਧਾਰੀ, ਕਹਿੰਦੇ ਆਪਣਾ ਉਹ ਗ੍ਰੰਥੀਆ ਤੂੰ ਨਾ ਪਿੰਡਾਂ ਵਾਲਾ ਜਵਾਨ ਲੜਾਈ ਹੈ, ਅਸੀਂ ਤੇਰੀ ਮੋਟਰਸਾਈਕਲ ਗੋਲੀ ਕੱਢ ਦੇਣੀ ਹੈ। ਚਲੋ ਉਹ ਬਖਸ਼ਿਸ਼ ਹੋ ਗਈ, ਉਹ ਬੰਦਾ ਜਾਨੋਂ ਨਹੀਂ ਗਿਆ। ਸੋ ਮੈਨੂੰ ਦੱਸਿਆ ਉਸ ਬੰਦੇ ਨੇ ਜਿਹੜਾ ਬੰਦਾ ਹੁਣ ਵੀ ਦੁਨੀਆਂ 'ਚ ਹੈ ਵੀ ਜਿਹਦੇ ਨਾਲ ਮਰਿਆਦਾ ਦਾ ਫਰਕ ਨਹੀਂ ਮਿਲਿਆ ਨਾ, ਫੜ ਕੇ ਆਪਣਾ ਟੋਆ ਪੱਟੋ ਦੱਬ ਦਿਓ। ਗਲਤੀਆਂ ਬਹੁਤ ਹੋਈਆਂ ਨੇ, ਨੁਕਸਾਨ ਬਹੁਤ ਹੋਇਆ, ਹੁਣ ਆਪਾਂ ਨਾ ਜੋ ਹੋ ਗਿਆ ਉਹ ਤੇ ਭਾਈ ਮਿੱਟੀ, ਨਾ ਸਰਕਾਰ ਨੂੰ ਦੋਸ਼ੀ ਠਹਿਰਾਓ, ਉਹ ਸਰਕਾਰ ਨੇ ਆਪਣਾ ਕੀਤਾ ਪਾ ਲਿਆ ਇੰਦਰਾ ਗਾਂਧੀ ਨੇ, ਅਤੇ ਨਾ ਆਪਣਾ ਕਿਸੇ ਹੋਰ ਨੂੰ। ਇੱਕੋ ਗੱਲ ਮਨ ਸਮਝਾ ਲਓ, ਜੋ ਕਰਨਗੇ ਸੋ ਪਰਨਗੇ ਤੋਂ ਕਿਉਂ ਵਿਧਾ। ਪ੍ਰਕਾਸ਼ ਕੁਮਾਰ ਬਾਦਲ ਨੂੰ ਸੁਝਾਅ ਮਿਲ ਗਈ ਹੈ, ਸੁਖਬੀਰ ਕੁਮਾਰ ਬਾਦਲ ਨੂੰ ਸੁਝਾਅ ਮਿਲ ਗਈ, ਹਰਸਿਮਰਤ ਕੁਮਾਰੀ ਬਾਦਲ ਨੂੰ ਮਿਲ ਗਈ ਹੈ, ਅਤੇ ਬਾਕੀਆਂ ਨੂੰ ਨਵਜੋਤ ਕੁਮਾਰ ਨੂੰ ਮਿਲ ਗਈ ਹੈ, ਬਾਕੀਆਂ ਨੂੰ ਮਿਲਦੀ ਰਹਿਣੀ। ਜਾਂ ਕੁਮਾਰ ਤਾਂ ਕਹਿ ਰਹੇ ਸਿੱਖ ਨਹੀਂ ਹੈਗੇ, ਇਹ ਸਾਰੇ RSS ਦੇ ਬੰਦੇ ਨੇ। ਸੋ ਹੁਣ ਮੈਂ ਅਖੀਰ ਤੇ ਕਹਾਂਗਾ, ਸਿੱਖ ਸਿੱਖ ਨੂੰ ਨਾ ਮਾਰੇ, ਪੰਥ ਕਦੇ ਵੀ ਨਾ ਹਾਰੇ, ਆਓ ਸਾਰੇ ਭਾਈ ਗੁਰਬਾਣੀ ਸਿੱਖ ਇਤਿਹਾਸ ਸੇਵਾ ਸਿਮਰਣਾ ਜੁੜੀਏ, ਔਰ ਖਾਲੀ ਸਿੱਖਾਂ ਦਾ ਨਹੀਂ ਸਰਬੱਤ ਦਾ ਭਲਾ ਲੋਚਿਆ ਕਰੀ, ਮਨ ਦਾ ਭਲਾ ਲਵੀਏ, ਜਿਹਦੇ ਵਿੱਚ ਸਾਰੀ ਮਨੁੱਖਤਾ ਨੂੰ ਸੁੱਖ ਮਿਲੇ। ਜੇ ਕੋਈ ਬਿਮਾਰ ਹੈ ਉਹਦਾ ਇਲਾਜ ਕਰਾ ਦਿਓ, ਜੇ ਕਿਸੇ ਕੋਲ ਨੌਕਰੀ ਨਹੀਂ ਨੌਕਰੀ ਲਵਾ ਦਿਓ, ਜੇ ਕਿਸੇ ਕੋਈ ਐਜੂਕੇਸ਼ਨ ਫੀਸ ਦਾ ਕਰ ਦਿਓ, ਜੇ ਕਿਸੇ ਚੀਜ਼ ਦਾ ਵਿਆਹ ਨਹੀਂ ਹੁੰਦਾ ਉਹਦਾ ਵਿਆਹ ਕਰ ਦਿਓ, ਅਤੇ ਜੇ ਕੋਈ ਡਿਪਰੈਸ਼ਨ 'ਚ ਉਹਨਾਂ ਦਾ ਆਪਣਾ ਉਹਨੂੰ ਠੀਕ ਕਰ ਦਿਓ, ਜੇ ਕੋਈ ਡਿਵੋਰਸ ਕਿਸੇ ਨੂੰ ਸੋਲਵ ਕਰ ਦਿਓ, ਅਤੇ ਸਾਰੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁੱਖ ਹੋਏ, ਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜੇ ਤੇਰਾ ਹੋਏ। ਆਪ ਸਿਮਰਨ ਕਰੀਏ ਅਤੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰੀਏ, ਜਿਹਦੇ ਵਿੱਚ ਸਾਰਾ ਸੰਸਾਰ ਹੀ ਖਾਲਿਸਤਾਨ ਹੈ। ਵਾਹਿਗੁਰੂ 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 ਵਾਹਿ ਖਾਲਸਾ ਵਾਹਿਗੁਰੂ।